ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਪੀਬੀ ਵਾਲੇ ਚੈਨਲ ਤੇ ਅੱਜ ਆਪਾਂ ਆਏ ਆ ਪਿੰਡ ਨੱਥੂ ਵਾਲਾ ਵੈਸਟ ਦੇ ਵਿੱਚ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦੇ ਵਿੱਚ ਅੱਜ ਆਪਾਂ ਗੱਲਾਂ ਕਰਾਂਗੇ ਬਾਈ ਕਰਨ ਦੇ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਵੀ ਬਾਈ ਸਾਡੇ ਪਿੰਡ ਆਇਆਂ ਦਾ ਬਹੁਤ ਬਹੁਤ ਸਵਾਗਤ ਹੈ ਬਾਈ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਆਪਣੇ ਕੋਲ ਕਿਹੜੇ ਕਿਹੜੇ ਜਾਨਵਰ ਆ ਤੇ ਆਪਣਾ ਫਾਰਮ ਇਹ ਕਾਹਦਾ ਆ ਆਪਣਾ ਬਈ ਬਟੇਰ ਦਾ ਫਾਰਮ ਆ ਬਟੇਰ ਦੇ ਗੜਕਨਾਦ ਦਾ ਫਾਰਮ ਆ ਜ਼ਿਆਦਾਤਰ ਸਾਡਾ ਕੰਮ ਬਟੇਰ ਦਾ ਬਟੇਰ ਤੋਂ ਬਾਅਦ ਗੜਕਨਾਦ ਦਾ ਗਰਮੀਆਂ 'ਚ ਅਸੀਂ ਕੁਛ ਕੁ ਮਹੀਨੇ ਦੇਸੀ ਮੁਰਗੀ ਪਾਲਣ ਵੀ ਕਰਦੇ ਬਾਈ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਫਾਰਮ ਖੋਲੇ ਇਹਨੂੰ ਬਾਈ ਜੀ ਸਾਨੂੰ 2 ਸਾਲ ਦੇ ਕਰੀਬ ਹੋ ਗਿਆ ਹੈ 2 ਸਾਲ ਹੋਣ ਵਾਲੇ ਆ ਇਹ ਫਾਰਮ ਖੋਲੇ ਹੋਏ ਇਹਨੂੰ ਇਸ ਤੋਂ ਪਹਿਲਾਂ ਵੀਰੇ ਆਪਾਂ ਜਾਨੀ ਕੰਮ ਕਰਦੇ ਸੀ ਹੋਰ ਜਾਂ ਖੇਤੀਬਾੜੀ ਦੇ ਵਿੱਚੋਂ ਨਿਕਲ ਕੇ ਇਹ ਕੰਮ ਕਰ ਲੱਗੇ ਆ ਜੀ ਬਈ ਇਸ ਤੋਂ ਪਹਿਲਾਂ ਅਸੀਂ ਮੈਂ ਪੜਦਾ ਸੀ ਪੜਾਈ ਤੋਂ ਬਾਅਦ ਬਈ ਬਸ ਉਸ ਤੋਂ ਬਾਅਦ ਆ ਖੇਤੀਬਾੜੀ ਵੀ ਨਾਲ-ਨਾਲ ਚੱਲ ਰਹੀ ਆ ਨਾਲ-ਨਾਲ ਬਈ ਇਹ ਕੰਮ ਚੱਲ ਰਿਹਾ ਆਪਣਾ ਠੀਕ ਹੈ ਜੀ ਆਪਾਂ ਨੂੰ ਵੀ ਇਹ ਕੰਮ ਦੇ ਵਿੱਚ ਫੈਮਲੀ ਦੀ ਜਾਂ ਫਰੈਂਡ ਸਰਕਲ ਦੇ ਵਿੱਚ ਕਿੰਨੀ سپورਟ ਰਹੀ ਹੈ ਬਈ ਜੀ ਵੀ ਫੈਮਲੀ ਦੀ ਤਾਂ سپورਟ ਤੁਹਾਨੂੰ ਚਾਹੀਦੀ ਹੁੰਦੀ ਬਟ ਪਹਿਲਾਂ ਸਾਰੇ ਘਰ ਦੇ ਕਰਦੇ ਆ ਵੀ ਕਾਹ ਤੋਂ ਇਹ ਕੰਮ ਕਰ ਤੋਂ ਐ ਕਰਨਾ ਜਾਂ ਆਪਣੇ ਨਹੀਂ ਚੰਗਾ ਸਮਝ ਦੇਣਾ ਇਹ ਸਾਰੀਆਂ ਚੀਜ਼ਾਂ ਨੂੰ ਬਟ ਹੌਲੀ ਹੌਲੀ ਜਿਵੇਂ ਹੁਣ ਬਈ ਸਾਡੇ ਕੋਲ ਅੱਛੀ ਮਾਰਕੀਟ ਆ ਬਈ ਸਾਡਾ ਸਿਸਟਮ ਅੱਛਾ ਦੋ ਦਿਨ ਸਟੇਟਾ ਸਾਡੇ ਗੋਲ ਆ ਜਿੰਨਾਂ ਨੂੰ ਅਸੀਂ ਸਪਲਾਈ ਕਰਦੇ ਅੱਛੇ ਕਸਟਮਰ ਆ ਹੁਣ ਸਭ ਨੂੰ ਸਾਥ ਠੀਕ ਲੱਗਦਾ ਬਈ ਤੁਸੀਂ ਫਾਰਮ ਹੀ ਹੁਲਣ ਦਾ ਕਿਉਂ ਸੋਚਿਆ ਤੂੰ ਫਾਰਮ ਵਾਲੀ ਤੁਸੀਂ ਕਿਉਂ ਆਏ ਇਹਦੀ ਬਈ ਸ਼ੁਰੂਆਤ ਆਏ ਹੋਈ ਸੀ ਅਸੀਂ ਆਪਦੇ ਖਾਣ ਪੀਣ ਨੂੰ ਵਾਸਤੇ ਹੀ ਕੜਕਨਾਥ ਰੱਖੇ ਸੀ ਥੋੜੇ ਜੇ ਸਾਡੇ ਕੋਲ 100 ਪੀਸ ਕੜਕਨਾਥ ਦਾ ਸੀਗਾ ਤੇ ਉਹ ਕੜਕਨਾਥ ਦੇ ਅੰਡਿਆਂ ਦਾ ਸਾਨੂੰ ਰਿਸਪੌਂਸ ਇੰਨਾ ਅੱਛਾ ਮਿਲਿਆ ਵੀ ਸਾਡਾ ਚੰਡੀਗੜ੍ਹ ਤੱਕ ਸਾਡਾ ਚੰਡੀਗੜ੍ਹ ਲੁਧਿਆਣਾ ਮੇਜਰ ਸਿਟੀਾਂ ਅਸੀਂ ਪੰਜਾਬ ਦੀਆਂ ਸਾਰੀਆਂ ਕਵਰ ਕਰਦੇ ਆ ਬੜਾ ਉਹਦਾ ਅੱਛਾ ਰਿਸਪੌਂਸ ਮਿਲਿਆ ਤੇ ਫਿਰ ਅਸੀਂ ਉਹਦੇ ਕਰਕੇ ਥੋੜਾ ਇਹਨੂੰ ਵਧਾਉਣ ਦਾ ਸੋਚਿਆ ਜੋ ਦੋਵੇਂ ਨੂੰ ਵਿਧਾਇਆ ਤਾਂ ਫਿਰ ਦੇਖਿਆ ਬਈ ਕੜਕਨਾਥ ਦੇ ਨਾਲ-ਨਾਲ ਬਟੇਰ ਪਾਲਣ ਵੀ ਬਹੁਤ ਜਿਆਦੇ ਸੌਖੇ ਤਰੀਕੇ ਨਾਲ ਹੀ ਕਰ ਸਕਦੇ ਸੀ ਤੇ ਬਟੇਰ ਪਾਲਣ ਦਾ ਸਾਨੂੰ ਇੱਕ ਇਹ ਫਾਇਦਾ ਸੀ ਕਿ ਬਟੇਰ ਪਾਲਣ ਨੇੜੇ-ਤੇੜੇ ਆਪਣੇ ਕੋਈ ਕਰ ਨਹੀਂ ਰਿਹਾ ਸੀ ਜੇ ਕੋਈ ਕਰ ਵੀ ਰਿਹਾ ਸੀ ਉਹ ਛੋਟੇ ਲੈਵਲ ਤੇ ਬਹੁਤ ਛੋਟੇ ਲੈਵਲ ਤੇ ਕਰ ਰਿਹਾ ਸੀ ਕਿ ਉਹਦੀ ਸੇਲ ਉਹਦੇ ਨੇੜੇ-ਤੇੜੇ ਦੀਆਂ ਜ਼ਿਲ੍ਹਿਆਂ ਚ ਜਾਂ ਨੇੜੇ-ਤੇੜੇ ਦੇ ਸ਼ਹਿਰਾਂ ਚ ਹੀ ਸੀਗੀ ਅਸੀਂ ਬਈ ਇਹ ਚਾਏ ਸਾਨੂੰ ਐਸ ਕੀ ਅਸੀਂ ਦੂਸਰਾ ਸੀਜ਼ਨ ਲਾ ਲਈਏ ਲਾਰੇ ਬਟੇਰ ਦਾ ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਬਟੇਰ ਦਾ ਸੀਜ਼ਨ ਗਰਮੀ 'ਚ ਖਤਮ ਹੋ ਜਾਂਦਾ ਸੀ ਗਰਮੀ 'ਚ ਵੀ ਸਾਡਾ ਚੰਗਾ ਕੰਮ ਚੱਲਦਾ हिमाचल, कश्मीर, राजस्थान ਦੇ ਕੁਝ ਸ਼ਹਿਰ ਹਰਿਆਣਾ, ਚੰਡੀਗੜ੍ਹ, ਪੰਜਾਬ ਨੂੰ ਅਸੀਂ ਸਾਰੇ ਨੂੰ ਕਵਰ ਕਰਦੇ ਹਾਂ। ਇੱਥੇ ਛੋਟੇ ਲੈਵਲ ਤੋਂ ਪਹਿਲਾਂ ਥੋੜੇ ਕੜਕਨਾਂ ਦੇ ਨਜ਼ਰ ਰੱਖ ਕੇ ਵੇਖਿਆ, ਫੇਰ ਸ਼ੁਰੂ ਕੀਤਾ ਸੀ ਵੀ ਉਹ ਕੜਕਨਾਂ ਸੀ ਰੱਖੇ ਸੀ ਜੀ ਸਾਨੂੰ ਉਦੋਂ ਆਏ ਨਹੀਂ ਸੀ ਵੀ ਵੇਚਨੇ ਆ ਵੀ ਆਏ ਸੀ ਚਲੋ ਆਪ ਦੇ ਖਾਣਵੇਂ ਨੂੰ ਘਰੇ ਆਂਡੇ ਦੇਈ ਜਾਣਗੇ। ਉਦੋਂ ਤੋਂ ਸ਼ੁਰੂ ਕੀਤਾ ਸੀਗਾ। ਫਿਰ ਉਸ ਨੂੰ ਅਸੀਂ ਅੱਗੇ ਵਧਾਇਆ ਤੇ ਸ਼ੈੱਡ ਤੇ ਸਾਰਾ ਆ ਸਾਡੇ ਕੋਲ ਬਿਲਡਿੰਗ ਪੁਰਾਣੀ ਬਣੀ ਹੋਈ ਆ। ਆ ਸ਼ੈੱਡ ਤੇ ਆ ਬਰੂਡਿੰਗ ਵਾਲੀ ਸਾਈਡ ਇਹ ਅਸੀਂ ਦੁਬਾਰਾ ਬਣਾਈ ਆ। ਇਹ ਕਿੰਨਾ ਖਰਚਾ ਆ ਗਿਆ ਤਕਰੀਬਨ ਹੀ ਆਪਣੇ ਇੱਥੇ ਬਈ ਆ ਸ਼ੈੱਡ ਤੇ ਤੇ 3 ਲੱਖ ਤੇ 3.5 ਲੱਖ ਦੇ ਕਰੀਬ ਖਰਚਾ ਆ ਗਿਆ ਇਸ ਤੋਂ ਬਾਅਦ ਬਈ ਉਹਨੂੰ ਜਦੋਂ ਮੰਨ ਲਓ ਇਹ ਚ ਪਾਣੀ ਦਾ ਸਾਰਾ ਸਿਸਟਮ ਲਾ ਕੇ ਆ ਸਾਰੇ ਤੇ ਇਹ ਤੇ 4 ਲੱਖ ਦੇ ਕਰੀਬ ਖਰਚਾ ਆ ਗਿਆ ਬਈ ਜਾਣਣੀ ਜ਼ਰੂਰੀ ਆ ਜਿੱਦੋਂ ਕੋਈ ਨਵਾਂ ਫਾਰਮ ਖੋਲਦਾ ਤੁਸੀਂ ਇਹ ਕੰਮ ਲਈ ਟ੍ਰੇਨਿੰਗ ਲਈ ਸੀ ਪਹਿਲਾਂ ਜਾਂ ਨਹੀਂ ਲਈ ਸੀ ਨਹੀਂ ਬਈ ਪਹਿਲਾਂ ਅਸੀਂ ਟ੍ਰੇਨਿੰਗ ਨਹੀਂ ਲਈ ਨਾ ਅਸੀਂ ਕੜਕਨਾ ਦੀ ਲਈ ਨਾ ਅਸੀਂ ਬਟੇਰ ਦੀ ਲਈ ਬਟੇਰ ਦੀ ਦਾ ਤੁਹਾਨੂੰ ਇੱਕ ਗੱਲ ਵੀ ਦੱਸਦਾ ਜਦੋਂ ਅਸੀਂ ਪਹਿਲੇ ਦਿਨ 1000 ਬਟੇਰ ਦਾ ਜਿੱਕਸ ਲੈਣ ਗਏ ਸਾਨੂੰ ਉਹ ਕਹਿੰਦੇ ਵੀ 500 ਦੇ ਕਰੀਬ ਹੀ ਬਚੂਗਾ ਅਸੀਂ ਜਦੋਂ ਉਹਨਾਂ ਨੂੰ ਪੁੱਛਿਆ ਵੀ 500 ਦੇ ਕਰੀਬ ਕਿਉਂ ਬਚੂਗਾ ਉਹ ਕਹਿੰਦੇ ਤੁਹਾਡੇ ਤੋਂ ਬਰੂਟਿੰਗ ਨਹੀਂ ਹੋਣੀ ਆਏ ਨਹੀਂ ਹੋਣਾ ਤੁਹਾਡੇ ਤੋਂ ਪਲਦੇ ਨਹੀਂ ਬਹੁਤ ਬੰਦੇ ਡੀਮੋਟੀਵੇਟ ਵੀ ਕਰਦੇ ਜੋ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਬਟ ਬਈ ਅਸੀਂ ਆਪ ਖੁਦ ਮਿਹਨਤ ਕੀਤੀ ਖੁਦ ਕੋਲੇ ਬੈਠੇ ਰਹੇ ਤਿੰਨ ਚਾਰ ਰਾਤਾਂ ਸਾਡੀ ਮੈਂ ਇਕੱਲਾ ਨਹੀਂ ਕੰਮ ਕਰਦਾ ਮੇਰੇ ਨਾਲ ਟੀਮ ਆ ਸਾਡੀ ਸਾਰੀ ਟੀਮ ਆ ਨਾਲ ਦੇ ਯਾਰ ਦੋਸਤ ਵੀ ਸਾਡਾ ਨਾ ਪੂਰਾ ਸਹਿਯੋਗ ਦਿੰਦੇ ਅਸੀਂ ਧਿਆਨ ਰੱਖਿਆ ਬਈ ਤੁਸੀਂ ਮੰਨੋਗੇ ਨਹੀਂ 1000 ਪਿੱਛੇ ਸਾਨੂੰ ਮਸਾਂ 30ਕ ਦਾ ਹੋਇਆ ਤੇ 30ਕ ਵੀ ਉਹ ਆਏ ਸੀ ਰਸਤੇ 'ਚ ਜਿਹੜੇ ਹੋਗੇ ਵਿੱਚੋਂ 10 15 ਹੀ ਹੋਏ ਜੇ ਜਦ ਕੀ ਜੇ ਆਪਾਂ ਬਡੇਰ ਰੱਖਦੇ 1000 ਪਿੱਛੇ 100 ਮਰਜ਼ੀ ਦਾ ਕੋਈ ਇੰਦੀ ਮਾਇਨੇ ਨਹੀਂ ਰੱਖਦੀ ਗੱਲ। ਜਾਣੀ ਹੁਣ ਤੁਹਾਨੂੰ ਇਹ ਜਾਨਵਰਾਂ ਪੂਰੇ ਬਾਰੇ ਜਾਨਵਰਾਂ ਬਾਰੇ ਤੁਹਾਨੂੰ ਪੂਰੀ ਡਿਟੇਲ ਹੋ ਗਈ ਵੀ ਕੀ ਪਾਉਣਾ ਇਹਨਾਂ ਨੂੰ ਕਿਹੜੀ ਬਿਮਾਰੀ ਦਾ ਸਾਰੀ ਤੁਹਾਨੂੰ ਪਤਾ ਲੱਗ ਗਿਆ ਹੁਣੇ A to Z। ਹਾਂਜੀ ਹੁਣ ਮੈਂ ਤੁਹਾਨੂੰ ਦੱਸ ਦਿਆਂ ਅਸੀਂ ਟ੍ਰੇਨਿੰਗ ਤੋਂ ਬਿਨਾ ਇਹਨੂੰ ਸ਼ੁਰੂ ਕੀਤਾ ਸੀ ਗਈ। ਟ੍ਰੇਨਿੰਗ ਅਸੀਂ ਉਸ ਤੋਂ ਬਾਅਦ ਲਈ ਬਟ ਅਸੀਂ ਮਿਹਨਤ ਕੀਤੀ ਕਰਕੇ ਅਸੀਂ ਉਹਨੂੰ ਬਚਾ ਲਿਆ ਵੀ ਸਿਸਟਮ ਬਹੁਤ ਬੰਦੇ ਸਾਡੇ ਤੋਂ ਕਈ ਵਾਰ ਇੱਥੇ ਰੈਲੈਨ ਆ ਜਾਂਦੇ ਕਹਿੰਦੇ ਬਾਈ ਪੁੱਛਦੇ ਟ੍ਰੇਨਿੰਗ ਲਈਏ ਜਾਂ ਨਾ ਲਈਏ ਟ੍ਰੇਨਿੰਗ ਜ਼ਰੂਰ ਲੋਟਰ ਨਹੀਂ ਨਾ ਤੁਹਾਨੂੰ ਬਰੀਕ ਗੱਲਾਂ ਦਾ ਪਤਾ ਲੱਗਦਾ ਜੇ ਤੁਸੀਂ ਕੇਵੀਕੇ ਦੇ ਆ ਕਿਤੋਂ ਹੋਰ ਜਾਂ ਪ੍ਰਾਈਵੇਟ ਫਾਰਮ ਤੋਂ ਨਹੀਂ ਟ੍ਰੇਨਿੰਗ ਲੈਣੀ ਤਾਂ ਤੁਸੀਂ ਕਿਸੇ ਜਿਹੜਾ ਬੰਦਾ ਕੋਈ ਕਰ ਰਿਹਾ ਤੁਹਾਡੇ ਨੇੜੇ ਤੇੜੇ ਕੋਈ ਉਹਦੇ ਤੋਂ ਪੁੱਛ ਲਓ ਬਟ ਜੇ ਕਿਸੇ ਤੇ ਰੈ ਤੋਂ ਬਣਾ ਨਾ ਚੱਲੋ ਨਾ ਕਿਤੇ ਕਿਸੇ ਤੋਂ ਵੇਖ ਕੇ ਵੀ ਆਏ ਕਿ ਕੋਈ ਕਰੀ ਜਾਂਦਾ ਉਹਨੂੰ ਇੰਨੇ ਪੈਸੇ ਬਣ ਜਾਂਦੇ ਉਹਨੂੰ ਦੇਖ ਕੇ ਨਾ ਸ਼ੁਰੂ ਕਰੋ ਜੇ ਟ੍ਰੇਨਿੰਗ ਲਾਓ ਟ੍ਰੇਨਿੰਗ ਅਸੀਂ ਵੀ ਲਈ ਟ੍ਰੇਨਿੰਗ ਅਸੀਂ ਇੱਕ ਸੀਜ਼ਨ ਲਾਇਆ ਉਸ ਤੋਂ ਬਾਅਦ ਜਦੋਂ ਸਾਡਾ ਫ੍ਰੀ ਟਾਈਮ ਸੀਗਾ ਅਸੀਂ ਉਦੋਂ ਟ੍ਰੇਨਿੰਗ ਲਈ ਟ੍ਰੇਨਿੰਗ ਨਾਲ ਤੁਹਾਨੂੰ ਟੈਕਨੀਕਲ ਤੇ ਬਰੀਕੀ ਗੱਲਾਂ ਦਾ ਪਤਾ ਲੱਗਦਾ ਕਿਤੇ ਨਾ ਕਿਤੇ ਫਿਰ ਉਹ ਵੀ ਥੋੜੀ ਸੇਵਿੰਗ ਵਧਾ ਦਿੰਦੀਆਂ ਉਹ ਗੱਲਾਂ ਇਹ ਬਟੇਰ ਨੂੰ ਕਿਹੜੀ ਬਿਮਾਰੀ ਆਉਂਦੀ ਹੈ ਜਿਨ੍ਹਾਂ ਦਾ ਆਪਾਂ ਨੂੰ ਖਾਸ ਧਿਆਨ ਰੱਖਣਾ ਪੈਂਦਾ ਬਟੇਰ ਨੂੰ ਬਈ ਕੋਈ ਬਿਮਾਰੀ ਨਹੀਂ ਆਉਂਦੀ ਕੋਈ ਵੈਕਸੀਨੇਸ਼ਨ ਦੀ ਲੋੜ ਇਹ 55 ਦਿਨਾਂ ਦੇ ਦਾ ਇਹ ਸੇਲ ਹੋ ਜਾਂਦਾ ਬਸ ਇਹਨੂੰ ਬਈ ਜੀ ਜਿਹੜੀ ਖਾਸ ਗੱਲ ਹੈ ਧਿਆਨ ਰੱਖਣ ਦੀ ਇਹਦੀ ਬਰੂਡਿੰਗ ਆ ਇਹ 0 ਤੋਂ ਮੰਨ ਲਓ ਜਦੋਂ ਇੱਕ ਦਿਨ ਦਾ ਆ ਗਿਆ ਆਪਣੇ ਕੋਲੇ ਉਦੋਂ ਤੋਂ ਲੈ ਕੇ 6-7 ਦਿਨ ਇਹਨਾਂ ਨੂੰ ਬਰੂਡਿੰਗ ਜ਼ਰੂਰੀ ਹੀ ਜ਼ਰੂਰੀ ਆ। ਬਰੂਡਿੰਗ ਇਹਨਾਂ ਨੂੰ ਆਪਾਂ ਐ ਨਹੀਂ ਲੈ ਕੇ ਬਲਬ ਲਾ ਸਕਦੇ ਆ, ਕੁਝ ਵੀ ਕਰ ਸਕਦੇ ਆ। ਇਹਨਾਂ ਨੂੰ ਬਈ ਪ੍ਰੋਪਰ ਟੈਂਪਰੇਚਰ ਬਣਾਉਣਾ ਪੈਂਦਾ ਔਰ ਟੈਂਪਰੇਚਰ ਸਾਰਾ ਦਿਨ ਬਣਿਆ ਰਵੇ, ਸਾਰੀ ਰਾਤ ਬਣਿਆ ਰਵੇ, ਠੰਡ ਆ, ਗਰਮੀ ਆ, ਇਹਨਾਂ ਨੂੰ ਇੱਕ ਪ੍ਰੋਪਰ ਟੈਂਪਰੇਚਰ ਹੀ ਚਾਹੀਦਾ। ਉਸ ਤੋਂ ਬਾਅਦ ਜਦੋਂ 8 ਦਿਨਾਂ ਤੋਂ ਹੋ ਗਏ ਫੇਰ ਥੋੜਾ ਟੈਂਪਰੇਚਰ ਨਾਰਮਲ ਕਰ ਦੋ। 12-15 ਦਿਨਾਂ ਤੋਂ ਬਾਅਦ ਫਿਰ ਇਹਨਾਂ ਨੂੰ ਰੂਮ ਟੈਂਪਰੇਚਰ ਤੇ ਵੀ ਕਰ ਦੋ, ਫਿਰ ਕੋਈ ਬਿਮਾਰੀ ਨਹੀਂ, ਇਹਨਾਂ ਨੂੰ ਕੋਈ ਜ਼ਿਆਦਾ ਇਹਨਾਂ ਦੇਖਭਾਲ ਨਹੀਂ ਕਰਨ ਦੀ ਇੱਕ ਪਾਉਣਾ ਪੈਂਦਾ ਜਿੱਦਾਂ ਆਪਾਂ ਕੁਕੜੀਆਂ ਨੂੰ ਪਾਉਨੇ ਆ ਨਾ ਉਹੀ ਚੀਜ਼ ਪੈਂਦੀ ਆ ਜਾਂ ਇਹਨਾਂ ਲਈ ਹੋਰ ਸਪੈਸ਼ਲ ਫੀਡ ਹੁੰਦੀ ਆ ਆਪਾਂ ਨੂੰ ਬਈ ਮੁਰਗੀਆਂ ਵਾਲੀ ਫੀਡ ਹੀ ਇਹਨਾਂ ਨੂੰ ਪਾਉਨੇ ਆ ਇਹਨਾਂ ਨੂੰ ਸਟੇਜ ਵਾਈਜ਼ ਫੀਡ ਪੈਣੀ ਆ ਜਿਵੇਂ ਪਹਿਲਾਂ ਪ੍ਰੀ ਸਟਰਟਰ ਪੈਣੀ ਆ ਫਿਰ ਸਟਰਟਰ ਪੈਣੀ ਉਦੋਂ ਬਾਅਦ ਇਹਨੂੰ ਫਿਨਿਸ਼ਰ ਵੀ ਪਾ ਸਕਦੇ ਹਾਂ ਤੁਸੀਂ ਜੇ ਤੁਹਾਡਾ ਮਾਲ ਰੁਕ ਰਿਹਾ ਜਾਂ ਕੁਝ ਵੀ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਲੰਮਾ ਟਾਈਮ ਦੇਣਾ ਫਿਰ ਇਹਨਾਂ ਨੂੰ ਇੱਕ ਰੰਬਲ ਵੀ ਪਾ ਸਕਦੇ ਹੋ ਸਸਤੀ ਬੈ ਜਾਂਦੀ ਆ ਜੇ ਉਹਨਾਂ ਨੂੰ ਪ੍ਰੀ ਸਟਰਟਰ ਫੀਡ ਪਾਉਣੀ ਆ ਉਹਨਾਂ ਨੂੰ ਮਿਕਸ ਕਰਕੇ ਗ੍ਰਾਈਂਡ ਕਰਕੇ ਉਹਨੂੰ ਪਾਉਣਾ ਉਹ ਬਰੀਕ ਉਹ ਵੈਸੇ ਹੀ ਪਹਿਲਾਂ ਤਾਂ ਬਰੀਕ ਹੁੰਦੀ ਪਰ ਉਹ ਚੂਚਿਆਂ ਦੇ ਮੁਰਗੀ ਦੇ ਚੂਚਿਆਂ ਦੇ ਅਕੋਰਡਿੰਗਲੀ ਬਰੀਕ ਹੁੰਦੀ ਹੈ ਉਹਨੂੰ ਬਟੇਰ ਦੇ ਚੂਚੇ ਦੇ ਅਕੋਰਡਿੰਗਲੀ ਵੀ ਉਹਨੂੰ ਥੋੜਾ ਜਿਹਾ ਜ਼ਿਆਦਾ ਪੀਸ ਕੇ ਫਿਰ ਉਹਨੂੰ ਬਾਓ ਫਿਰ ਉਹਨੂੰ ਖਾਣਾ ਸੁੱਕਾ ਹੋ ਜਾਂਦਾ ਇਹ ਕਿੰਨੇ ਸਮੇਂ ਦਾ ਜੀ ਆਪਣਾ ਤਿਆਰ ਹੋ ਜਾਂਦਾ ਬੱਚਾ ਇਹ ਬੱਚਾ ਹੀ 55 55 ਤੋਂ 60 ਦਿਨਾਂ ਦੇ ਗਰੀਬ ਵਿੱਚ ਤਿਆਰ ਹੋ ਜਾਂਦਾ ਇਹ ਆਂਡੇ ਵੀ ਦੇਣ ਲੱਗ ਜਾਂਦੇ 55 ਤੋਂ 60 ਦਿਨ ਦੇ ਵਿੱਚ ਆਂਡੇ ਦੇਣ ਲੱਗ ਪੈਂਦੇ ਹਾਂਜੀ ਇਹ ਕਿੰਨਾ weight ਹੁੰਦਾ ਜੀ ਇਹਦਾ ਵੱਧ ਤੋਂ ਵੱਧ ਵੱਧ ਤੋਂ ਵੱਧ ਹੀ ਅਸੀਂ 150 ਗ੍ਰਾਮ ਤੋਂ ਲੈ ਕੇ 180 ਗ੍ਰਾਮ ਤੱਕ ਬਰਡ ਸੇਲ ਕਰ ਦਿੰਨੇ ਹਾਂ 180 ਗ੍ਰਾਮ ਤੋਂ ਬਾਅਦ ਬਾਅਦ ਜਿਹੜਾ ਸਾਡੇ ਆਸਤੇ ਹੋਊਗਾ ਫਾਰਮ ਤੇ ਉਹੀ ਹੋਊਗਾ 180 ਗ੍ਰਾਮ ਤੋਂ ਜਦੋਂ ਹੋ ਜਾਂਦਾ ਸੀ ਉਸ ਤੋਂ ਬਾਅਦ ਬਾਅਦ ਨੂੰ ਰੱਖਦੇ ਨਹੀਂ ਆਪਾਂ ਨੂੰ ਜਿੱਦਾਂ ਹੁਣ ਪੋਲਟਰੀ ਫਾਰਮ ਦੇ ਨਾਲ ਨਾਲ ਆਪਣਾ ਜਿੱਦਾਂ ਤੁਸੀਂ ਬਟੇਰ ਰੱਖੇ ਹੋਏ ਆ ਪੋਲਟਰੀ ਫਾਰਮ ਵਿੱਚ ਫਾਇਦਾ ਜਾਂ ਬਟੇਰ ਰੱਖਣ ਦੇ ਵਿੱਚ ਫਾਇਦਾ ਬਈ ਇਹ ਨਾ ਹਰ ਬੰਦੇ ਦੇ ਡਿਪੈਂਡ ਕਰਦਾ ਜਿਹੜਾ ਪੁਲਟਰੀ ਫਾਰਮ ਆ ਜਿਵੇਂ ਆਪਾਂ ਬ੍ਰੇਲਰ ਦੇ ਫਾਰਮ ਦੇਖਦੇ ਆ ਆਪਣੇ ਮੋਸਟ ਕਾਮਲੀ ਆਪਣੇ ਉਹੀ ਬ੍ਰੇਲਰ ਦੇ ਫਾਰਮ ਹੀ ਆ ਵੀ ਬਰੇਲਰ ਦਾ ਫਾਰਮੂਲਾ ਤੁਹਾਨੂੰ ਇੰਨਾ ਸੌਖਾ ਤੁਸੀਂ ਉਹਨਾਂ ਨੂੰ ਫੀਡ ਪਾਉਣੀ ਆ ਤਿਆਰ ਹੋ ਜਾਣਾ ਤੇ ਮਹੀਨੇ ਬਾਅਦ ਤੁਹਾਡੇ ਤੋਂ ਬਾਰੀ ਨੇ ਖੋਦਾ ਕੇ ਚੱਕ ਕੇ ਲੈ ਜਾਣੇ ਇਹਦੀ ਬਈ ਜੀ ਮੇਨ ਮਾਰਕੀਟਿੰਗ ਆ ਜੇ ਇਹਦੀ ਮਾਰਕੀਟਿੰਗ ਆ ਹੈਗੀ ਆ ਤੁਹਾਡੇ ਕੋਲ ਮਾਰਕੀਟ ਹੈਗਾ ਤੇ ਫੇਰ ਦਾ ਬਈ ਤੁਹਾਡੇ ਇਹਦੇ ਅਰਗੇ ਧੰਦਾ ਕੋਈ ਨਹੀਂ ਬਟ ਜੇ ਤੁਹਾਡੇ ਕੋਲ ਮਾਰਕੀਟ ਹੀ ਨਹੀਂ ਤੁਹਾਡੇ ਕੋਲ ਪਏ ਫੀਡ ਖਾਈ ਜਾਂਦੇ ਤੁਸੀਂ ਉਹਨੇ ਸੇਲ ਨਹੀਂ ਕਰ ਰਹੇ ਪੰਜਾ ਛੇ ਮਹੀਨਿਆਂ ਦਾ ਜਿਆਦਾ ਸੀਜ਼ਨ ਹੁੰਦਾ ਗਰਮੀਆਂ ਚ ਤੇਨ ਲਾਗਤ ਘਟ ਜਾਂਦੀ 6 ਮਹੀਨੇ ਤੁਸੀਂ ਦੋ ਤਿੰਨ ਮਹੀਨੇ ਡੀਕਦੇ ਹੀ ਰਹਿ ਗਏ ਤੁਹਾਡੇ ਕੋਲ ਚੂਹਾਂ ਲੇਟ ਆਇਆ ਤੁਸੀਂ ਉਹ ਲੇਟ ਗ੍ਰੋਥ ਹੋਇਆ ਫਿਰ ਉਹਦਾ ਬਈ ਇਹ ਜਿੱਦਾਂ ਜੀ ਹੁਣ ਸਿਆਲਾਂ ਦੇ ਵਿੱਚ ਤਾਂ ਆਪਾਂ ਖਾ ਲੈਂਦੇ ਜਿੱਦਾਂ ਕਹਿੰਦੇ ਇਹਦਾ ਮੀਟ ਗਰਮ ਹੁੰਦਾ ਹਾਂਜੀ ਤੇ ਇਹ ਗਰਮੀਆਂ ਦੇ ਵਿੱਚ ਵੀ ਇਹਦੀ 19 ਸੇਲਿੰਗ ਹੁੰਦੀ ਆ ਜਾਂ ਉੱਤੇ ਫਰਕ ਪੈਂਦਾ ਉਦੋਂ ਗਰਮੀਆਂ ਦੇ ਵਿੱਚ ਆ ਕੇ ਇਹ ਬਈ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਬਹੁਤ ਬੰਦੇ ਵੀ ਇਹ ਗੱਲ ਪੁੱਛਦੇ ਆ ਇਹ ਗੱਲ ਦਾ ਮੈਂ ਤੁਹਾਨੂੰ ਜਵਾਬ ਦਿੰਨਾ ਵੀ ਮੰਨ ਲਓ ਆਪਾਂ ਆਪਾਂ ਜਿੰਨਾ ਕਿ ਆਪਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਆਂ ਆਪਾਂ ਵਾਦ ਤੋਂ ਵਾਦ ਇੱਕ ਜਾਂ ਦੋ ਦਿਨ ਲਗਾਤਾਰ ਮੀਟ ਖਾ ਸਕਦੇ ਆਂ ਐਂਡ ਨੂੰ ਤਾਂ ਫਿਰ ਆਪਾਂ ਦਾ ਰੋਟੀ ਖਾਣੀ ਹੁੰਦੀ ਤੀਜੇ ਚੌਥੇ ਦਿਨ ਆਪਾਂ ਜੇ ਉਹਨੂੰ ਹਫ਼ਤੇ 'ਚ ਇੱਕ ਅੱਧੀ ਵਾਰੀ ਖਾ ਲੈਨੇ ਕੋਈ ਗਰਮ ਨਹੀਂ ਹੁੰਦੀ ਬਈ ਆਪਾਂ ਮੱਛੀ ਵੀ ਖਾ ਲੈਨੇ ਗਾ ਗਰਮੀਆਂ ਸਭ ਕੁਝ ਖਾ ਲੈਨੇ ਜੇ ਆਪਾਂ ਆਪਾਂ ਕਹਾਂਗੇ ਰੈਗੂਲਰ ਨੂੰ ਖਾਵਾਂਗੇ ਜੇ ਤੁਸੀਂ ਵਰਕਆਊਟ ਨਹੀਂ ਕਰ ਰਹੇ ਕੁਝ ਕਰ ਨਹੀਂ ਰਹੇ ਫਿਰ ਤਾਂ ਬਈ ਗਰਮੀ ਆ ਫਿਰ ਤਾਂ ਕੋਈ ਵੀ ਚੀਜ਼ ਖਾ ਲੋਦੇ ਤੁਸੀਂ ਮੀਟ ਕਿਹੜਾ ਵੀ ਮਰਜ਼ੀ ਵੀ ਖਾ ਲੋ ਕੋਈ ਕੰਮ ਨਹੀਂ ਕਰਦੇ ਤਾਂ ਗਰਮੀਆਂ ਤੁਹਾਡੇ ਵਾਸਤੇ ਇੱਕ ਆਪਾਂ ਜੀ ਹੋਰ ਦੇਖਿਆ ਜਿੱਦ ਇਨਾਂ ਦੇ ਵਿੱਚ ਨਾ ਵਾਈਟ ਕਲਰ ਦੇ ਵੀ ਹੈਗੇ ਆ ਕੁਝ ਤੇ ਉਹ ਫਰਕ ਹੁੰਦਾ ਇਹਨਾਂ ਦੇ ਵਿੱਚ ਜਾਂ ਸੇਮ ਹੀ ਹੁੰਦੀ ਹੈ ਨਹੀਂ ਭਾਈ ਉਹ ਸੇਮ ਹੀ ਹੈ ਕੱਲਾ ਕਲਰ ਦਾ ਫਰਕ ਹੁੰਦਾ ਬਸ ਉਹਨਾਂ ਦੀ ਰੇਸ਼ੋ ਘੱਟ ਹੁੰਦੀ ਜਿਵੇਂ 1000 ਪਿੱਛੇ 20 ਤੀ ਆ ਗਏ ਇੰਨੇ ਕ ਦੀ ਬ੍ਰਾਊਨ ਦੀ ਹੁੰਦੀ ਆ ਬਾਕੀ ਸਾਰਾ ਬਲੈਕ ਹੀ ਕਲਰ ਹੁੰਦਾ ਯਾਨੀ ਨਾਰਮਲ ਹੁੰਦੇ ਆ ਕੋਈ ਬਰੀਡ ਵੱਖਰੀ ਨਹੀਂ 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 ਬਰੀਡ ਕੋਈ ਵੱਖਰੀ ਨਹੀਂ ਸੇਮ ਹੀ ਇੱਕੋ ਇੱਕੋ ਹੀ ਬਰੀਡ ਆ ਠੀਕ ਆ ਜੀ ਆਪਾਂ ਜਿੱਦਾਂ ਇਹ ਤਾਂ ਹੋ ਗਈ ਆਪਣੇ ਬਟੇਰਿਆਂ ਦੀ ਗੱਲ ਠੀਕ ਆ ਜੀ ਆਪਾਂ ਨਾਲ ਦੇਖਿਆ ਤੁਸੀਂ ਕੜਕਨਾਥ ਮੁਰਗੀਆਂ ਤੇ ਮੁਰਗੇ ਰੱਖੇ ਹੋਏ ਆ ਇਹਨਾਂ ਦੀ ਥੋੜੀ ਜੀ ਡਿਟੇਲ ਦਿਓ ਹਾਂਜੀ ਕੜਕਨਾਥ ਮੁਰਗਾ ਬਈ ਇਹ ਆਪਣਾ ਇਹ ਲੋਕਡਾਊਨ ਚ ਕੜਕਨਾ ਦਾੰਡਾ ਇਹ ਵੈਸੇ ਤਾਂ ਪਹਿਲਾਂ ਹੀ ਫੇਮਸ ਸੀਗਾ ਬਈ ਸਾਡੇ ਤੋਂ ਪਹਿਲਾਂ ਬਹੁਤ ਬੰਦੇ ਵੱਡੇ ਲੈਵਲ ਤੇ ਇਹਨੂੰ ਕਰ ਰਹੇ ਅਸੀਂ ਇਹ ਕੜਕਨਾਥ ਦੀ ਫਾਰਮਿੰਗ ਜਿਆਦਾ ਵੱਡੇ ਲੈਵਲ ਤੇ ਨਹੀਂ ਕਰ ਰਹੇ ਇੱਕ ਸਾਡਾ ਬਟੇਰ ਫਾਰਮਿੰਗ ਦੇ ਨਾਲ ਦੀ ਨਾਲੇ ਛੋਟਾ ਸਾਈਡ ਬਿਜ਼ਨਸ ਹੈ ਇਹਦਾ ਬਟੇਰ ਦੇ ਇਹ ਬਟੇਰ ਦਾ ਹੀ ਸੇਲ ਕਰਦੇ ਕੜਕਨਾਥ ਅਸੀਂ ਲਾਈਵ ਪੀਸ ਨਹੀਂ ਸੇਲ ਕਰਦੇ ਸਾਡਾ ਇਹਦੇ ਆਂਡੇ ਤੇ ਬਹੁਤ ਫੋਕਸ ਆ ਬਈ ਅਸੀਂ ਇਹਦਾ ਐਗ ਸੇਲ ਕਰਦੇ 25 ਰੁਪਏ ਪਰ ਪੀਸ ਦੇ ਹਿਸਾਬ ਨਾਲ ਅਕੋਰਡਿੰਗਲੀ ਅਸੀਂ ਐਗ ਸੇਲ ਕਰਦੇ ਆ ਕੜਕਨਾ ਦਾ ਅਸੀਂ ਆਂਡਾ ਹੀ ਵੇਚਦੇ ਆ ਬਈ ਇਹ ਖੁਦ ਬੱਚੇ ਤਿਆਰ ਕਰਦੇ ਇਹਨਾਂ ਦੇ ਕੜਕਨਾ ਦੇ ਅੱਗੇ ਜਾਂ ਨਹੀਂ ਤੁਸੀਂ ਮੋਲੀ ਲੈਣੇ ਅੱਗੋਂ ਬੱਚੇ ਛੋਟੇ ਨਹੀਂ ਬਈ ਅਸੀਂ ਮੱੱਚੇ ਮੋਲੀ ਲੈਣੇ ਆ ਇਹਦੇ ਵੈਸੇ ਜਿਹੜੇ ਐਗ ਹੁੰਦੇ ਆਪਣੇ ਕੋਲ ਫਰਟਾਈਲ ਹੀ ਹੁੰਦੇ ਉਹ ਚੋਂ ਚੂਚਾ ਨਿਕਲਦਾ ਹੁੰਦਾ ਕਿਉਂਕਿ ਸਾਡੀ ਰੇਸ਼ੋ ਬਣਾ ਕੇ ਰੱਖੀ ਹੁੰਦੀ ਪ੍ਰੋਪਰ ਵੀ ਇੰਨੇ ਕੁਗੜੀਆਂ ਮਗਰ ਇੰਨੇ ਮੁਰਗੇ ਉਹ ਹੁੰਦੇ ਹੀ ਆ ਤਾਂ ਹੀ ਕਰਕੇ ਅਸੀਂ ਲਾਈਵ ਬਰਡਸ ਨਹੀਂ ਸੇਲ ਕਰਦੇ ਕਿਉਂਕਿ ਫਿਰ ਰੇਸ਼ੋ 'ਚ ਫਰਕ ਪੈ ਜਾਂਦਾ ਐਗ ਫਰਟਾਈਲ ਹੁੰਦਾ ਆਪਣੇ ਕੋਲ ਬਟ ਦੇ ਉਹ ਚੋਂ ਬੱਚਾ ਕਢੋਣਾ ਮਸ਼ੀਨ 'ਚ ਹੀ ਲਾਉਣਾ ਪੈਂਦਾ ਹੋਰ ਤੁਸਾਨੂੰ ਇਹ ਦੱਸੋ ਜੀ ਜਦਾਂ ਬਟੇਰਿਆਂ ਦੀ ਵੀ ਬਿਮਾਰੀ ਦੀ ਗੱਲ ਕੀਤੀ ਸੀ ਤੇ ਮੁਰਗਿਆਂ ਦੇ ਵਿੱਚ ਵੀ ਕੋਈ ਬਿਮਾਰੀ ਆਉਂਦੀ ਆ ਬਈ ਜੀ ਇਹ ਤੁਹਾਨੂੰ ਮੈਂ ਮੇਨ ਗੱਲ ਦੱਸਣਾ ਇਹ ਦੇਖਭਾਲ ਤੇ ਥੋੜੀ ਦੇ ਡਿਪੈਂਡ ਕਰਦੇ ਹੋ ਥੋੜੀ ਦੇਖਭਾਲ ਚੰਗੀ ਆ ਤੇ ਕੋਈ ਵੀ ਬਿਮਾਰੀ ਨਹੀਂ ਆਊਗੀ ਜੇ ਤੁਹਾਡੀ ਦੇਖਭਾਲ ਨਹੀਂ ਆ ਫਿਰ ਬਿਮਾਰੀਆਂ ਆਉਂਦੀਆਂ ਹੀ ਆਉਂਦੀਆਂ ਮੁਰਗਿਆਂ ਨੂੰ ਜਿਹੜੀਆਂ ਮੇਨ ਬਿਮਾਰੀਆਂ ਵੀ ਉਹਨਾਂ ਨੂੰ ਤੁਸੀਂ ਸਿੱਧੀ ਹਵਾ ਤੋਂ ਬਿਜਾ ਕੇ ਰੱਖੋ ਉਹਨਾਂ ਦੇ ਛੱਟ 'ਚ ਧੁੱਪ ਆਉਂਦੀ ਹੋਵੇ ਹਵਾ ਦੀ ਕ੍ਰੋਸਿੰਗ ਚੰਗੀ ਹੋਵੇ ਉਹਨਾਂ ਦਾ ਜਿਹੜਾ ਤੁਸੀਂ ਫੀਡ ਪਾ ਰਹੇ ਹੋ ਫੰਗਸ ਫ੍ਰੀ ਹੋਵੇ ਆਇਆ ਨਾ ਹੋਵੇ ਤੁਸੀਂ ਫੀਡ ਲਈ ਦੇਖੋ ਇਹਨਾਂ ਫੀਡ ਨੂੰ ਥੱਲੇ ਉੱਲੀ ਲੱਗੀ ਹੋਈ ਹੋਵੇ ਪਾਣੀ ਸਾਫ਼ ਕਰੋ ਨਾ ਸਵੇਰੇ ਸ਼ਾਮ ਪਾਣੀ ਸਾਫ਼ ਕਰੋ ਬਿਮਾਰੀ ਨਹੀਂ ਹੋਊਗੀ ਕੜਕ ਨਾ ਤੂੰ ਵੈਸੇ ਬਰੇਇਲਰ ਤੇ ਦੇਸੀ ਮੁਰਗੇ ਦੇ ਮੁਕਾਬਲੇ ਬਹੁਤ ਬਿਮਾਰੀ ਘੱਟ ਆਉਂਦੀ ਆ ਇਹਨਾਂ ਨੂੰ ਤੁਸੀਂ ਥੋੜੀ ਬਹੁਤ ਘੱਟ ਦੇਖਭਾਲ ਨਾਲ ਹੀ ਇਹ ਚੰਗੀ ਤਰ੍ਹਾਂ ਬਿਨਾਂ ਬਿਮਾਰੀ ਤੋਂ ਰਹਿ ਸਕਦੇ ਨੇ ਇਹ ਦੇਸੀ ਮੁਰਗੇ ਆ ਮੰਨ ਰੱਖਦੇ ਆ ਜਿੱਦਾਂ ਉਹ ਲੈਵਲ 'ਚ ਆ ਜਾਂਦੇ ਜਾਂ ਹਾਈ ਥੋੜਾ ਜਿਹਾ ਕਹਿੰਦੇ ਵੀ ਹਾਈ ਲੈਵਲ ਦੇ ਉੱਪਰ ਹੋ ਗਿਆ ਕੰਮ ਇਹ ਉੱਪਰ ਹੋ ਗਿਆ ਬਈ ਦੇਸੀ ਮੁਰਗੇ ਵੀ ਆਪਣੇ ਹੁਣ ਜਿੰਨਾਂ ਟ੍ਰੈਲਰ ਹੀ ਜਾਦੇ ਮਿਲਦੇ ਆ ਉਹ ਕ੍ਰੋਸ ਹੋਈ ਬਰੀਡ ਆ ਇਹ ਵੈਸੇ ਸਾਰਿਆਂ ਨੂੰ ਅੱਜਕੱਲ ਪਤਾ ਹੀ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਕੜਕਨਾ ਦਾ ਆਪਣੇ ਹੈਲਥ ਹਾਸੇ ਕਿੰਨਾ ਚੰਗਾ ਕੜਕਨਾ ਦਾ ਵੀ ਐਤ ਕੀ ਹੁਣ ਜਦੋਂ ਜਿੱਦਾਂ ਹੀ ਲੋਕਡਾਊਨ ਹੋਇਆ ਕੋਵਿਡ ਆਇਆ ਸਾਰਿਆਂ ਨੇ ਹੈਲਥ ਕੌਨਸ਼ੀਅਸ ਜਿਆਦਾ ਹੋ ਗਏ ਉਸ ਤੋਂ ਬਾਅਦ ਬਈ ਦਾ ਅੱਛਾ ਰਿਸਪੌਂਸ ਆ ਮੀਟ ਇਹਦਾ ਅੱਛਾ ਕੋਲੇਸਟ੍ਰੋਲ ਫ੍ਰੀ ਆ ਜਾਂ ਉਹਨਾਂ ਦੇ ਮੁਕਾਬਲੇ ਤੁਸੀਂ ਕਹਿ ਸਕਦੇ ਹੋ ਜੇ ਆਪਾਂ ਬ੍ਰੈਲਰ ਜਾਂ ਖਾ ਰਹੇ ਆਂ ਦੇਸੀ ਮੁਰਗਾ ਖਾ ਰਹੇ ਆਂ ਕੋਲੇਸਟਰੋਲ ਘੱਟ ਆ ਬਈ ਬਾਕੀ ਇਹ ਚ ਗੱਲ ਮੇਨ ਇਹ ਆ ਵੀ ਇਹਨਾਂ ਦਾ ਮੀਟ ਚੰਗਾ ਕਿਉਂ ਮੀਟ ਇਹਨਾਂ ਦਾ ਚੰਗਾ ਐ ਬਈ ਇਹਨਾਂ ਨੂੰ ਬਿਮਾਰੀ ਨਹੀਂ ਲੱਗਦੀ ਕਿਸੇ ਮੈਡੀਸਨ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਐਂਟੀਬਾਇਓਟਿਕਸ ਦੀ ਲੋੜ ਪੈਂਦੀ ਨਹੀਂ ਹੁਣ ਐਂਟੀਬਾਇਓਟਿਕ ਹੀ ਇੰਨੇ ਦਿੱਤੇ ਜਾਂਦੇ ਆ ਕਿਸੇ ਨੂੰ ਵੀ ਬ੍ਰੈਲਰ ਨੂੰ ਜਾਂ ਦੇਸੀ ਮੁਰਗੇ ਨੂੰ ਇਹਨਾਂ ਨੂੰ ਐਂਟੀਬਾਇਓਟਿਕਸ ਨਹੀਂ ਲੋੜ ਪੈਂਦੀ ਇਹਨਾਂ ਨੂੰ ਥੋੜੀ ਦੇਖਭਾਲ ਕਰੋ ਇਹਨਾਂ ਨੂੰ ਬਿਮਾਰੀ ਨਹੀਂ ਲੱਗਦੀ ਬਈ ਅਸੀਂ ਕੜਕਨਾਥ ਦੀ ਸਾਡਾ ਇੱਕ ਦਾ ਸੇਲ ਕਰਦਾ ਸੀ ਐਗਸ ਮਹਿੰਗਾ ਵੀ ਸੇਲ ਤਾਂ ਕਰਦੇ ਇਹਨਾਂ ਦੀ ਸਾਡੀ ਡਾਈਟ ਫਿਕਸ ਆ ਅਸੀਂ ਮੱਕੀ ਦੀ ਲਿਆ ਕੇ ਖੁਦ ਫੀਡ ਬਣਾਉਨੇ ਆ ਹਾਂਜੀ ਕਿਤੇ ਹੋ ਜਾਂਦਾ ਵੀ ਕਿਤੇ ਵੀ ਹਫਤੇ ਜਾਂ ਇੱਕ ਅੰਦਰ ਕਈ ਵਾਰੀ ਆਪ ਦਾ ਨਹੀਂ ਟਾਈਮ ਲੱਗਦਾ ਆ ਕਿਤੇ ਹੋਇਆ ਫਿਰ ਅਸੀਂ ਮਾਰਕੀਟ ਵਾਲੀ ਫੀਡ ਪਾਉਨੇ ਆ ਨਹੀਂ ਇਹਨਾਂ ਦਾ ਸ਼ਡਿਊਲ ਫਿਕਸ ਆਈ ਇਹਨਾਂ ਨੂੰ ਇੱਕ ਦਿਨ ਅਸੀਂ ਫਿਸ਼ ਮੀਲ ਵੀ ਪਾਉਨੇ ਆ ਅਸੀ ਦੇ ਬੀਜ ਸੂਰਜਮੁਖੀ ਦੇ ਬੀਜ ਪਾਉਨੇ ਆ ਫਿਰ ਇਹਨਾਂ ਨੂੰ ਮੱਕੀ ਆ ਬਾਜਰਾ ਸਾਰਾ ਕੁਝ ਪਿਆ ਕੇ ਇੱਥੇ ਇੱਥੇ ਲਿਆਉਣੇ ਚਾਹੀ ਕਿ ਇੱਥੇ ਸਾਹਮਣੇ ਪਿਆ ਕੇ ਬਣਾਉਨੇ ਆ ਤੇ ਉਹੀ ਪਾਉਨੇ ਬਈ ਇਹਨਾਂ ਨੂੰ ਕਿ ਜਿੱਦਾਂ ਦੇਖ ਰਹੇ ਆ ਤੁਸੀਂ ਹਨਾ ਬਟੇਰਿਆਂ ਦੇ ਨਾਲ 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 ਮੁਰਗੀਆਂ ਦੇ ਨਾਲ ਨਾਲ ਡੱਕ ਵੀ ਰੱਖੀਆਂ ਹੋਈਆਂ ਆ ਮਾ ਆਪਣੇ ਦਰਸ਼ਕਾਂ ਨੂੰ ਥੋੜਾ ਜਿਹਾ ਡੱਕ ਬਾਰੇ ਡਿਟੇਲ ਦਿਓ ਵੀ ਇਹਨਾਂ ਦੀ ਬਰੀਡਿੰਗ ਹੁੰਦੀ ਆ ਆਂਡੇ ਵੇਖਦੇ ਆ ਜਾਂ ਕੀ ਇਹਨਾਂ ਦਾ ਮੀਟ ਵੇਖਦਾ ਇਹਨਾਂ ਦਾ ਬਈ ਜੀ ਇਹ ਸਾਡਾ ਪਹਿਲਾਂ ਮੇਨ ਰੱਖਣ ਦਾ ਮੋਟਿਵੇ ਸੀ ਸਾਡੇ ਕੋਲ ਸਾਡੇ ਕੋਲ ਇੱਥੇ ਫਿਸ਼ ਪਾਉਂਡ ਆ ਫਿਸ਼ ਪਾਉਂਡ ਤੇ ਇਹਨੂੰ ਅਸੀਂ ਇਹ ਇਹ ਵਿੱਚ ਫਿਸ਼ ਪਾਉਂਡ ਤੇ ਜਾਂਦੀਆਂ ਨਹਾਉਂਦੀਆਂ ਉੱਥੇ ਆਕਸੀਜਨ ਸਰਕੂਲੇਟ ਕਰਦੀਆਂ ਵੈਸੇ ਤਾਂ ਅਸੀਂ 에ਅਰ ਬਰੋਇਲਰ ਵੀ ਲਾਏ ਹੋਏ ਆ ਬਲੂਅਰ ਮਰੇ ਜਦੋਂ ਉੱਥੇ ਜਾਂਦੀਆਂ ਜਾਂ ਜਿਹੜਾ ਇਹਨਾਂ ਦਾ ਵੇਸਟ ਹੁੰਦਾ ਉਹ ਮੱਛੀਆਂ ਦੇ ਫੀਡ ਦੇ ਤੌਰ ਤੇ ਕੰਮ ਆਉਂਦਾ ਬਾਕੀ ਦੂਸਰੀਆ ਗੱਲ ਇਹ ਦੇਖਣ ਨੂੰ ਸੋਹਣੀਆਂ ਲੱਗਦੀਆਂ ਤੁਰੀਆਂ ਫਿਰਦੀਆਂ ਸੋਹਣੀਆਂ ਲੱਗਦੀਆਂ ਇਹ ਰੱਖੀਆਂ ਤਾਂ ਅਸੀਂ ਤਾਂ ਸੀ ਬਈ ਉਸ ਤੋਂ ਬਾਅਦ ਸਾਡੇ ਕੋਲ ਜਿੱਦਾਂ ਸਾਡਾ ਕਸਟਮਰ ਸਾਡੇ ਟੱਚ ਆ ਜਾਂ ਕਸਟਮਰ ਸਾਡੇ ਕੋਲ ਆਉਂਦੇ ਰਹਿੰਦੇ ਆ ਸਾਊਥ ਦੇ ਕਸਟਮਰ ਬਈ ਸਾਡੇ ਕੋਲ ਕੁਝ ਕੁ ਜੁੜੇ ਆ ਜਿੱਦਾਂ ਲੁਧਿਆਣੇ ਸਿਟੀ ਤੋਂ ਇੱਕ ਇੱਕ ਕੰਪਨੀਾਂ 'ਚ ਕਿੱਥੇ ਜੌਬ ਕਰਦੇ ਆ ਕਿੱਦਾਂ ਇੱਥੇ ਆ ਰਹੇ ਆ ਉਹ ਬਈ ਇਹਦਾ ਡੱਕ ਦਾ ਐਗ ਖਾ ਕੇ ਬੜਾ ਖੁਸ਼ ਨੇ ਆਪਣੇ ਵੀ ਕੋਈ ਲੈ ਖਾਂਦੇ ਨੇ ਉਹ ਜਾਰੇ ਕੁਛ ਨਹੀਂ ਅਸੀਂ ਇੱਕ ਟੱਕ ਦਾ ਐਗ ਸੇਲ ਕਰਦੇ ਹਾਂ ਇਹਨਾਂ ਦੇ ਖਾਣ ਨੂੰ ਕੀ ਪਾਉਣੇ ਜਿੱਦਾਂ ਇਹਨਾਂ ਤੋਂ ਨਹੀਂ ਤੁਸੀਂ ਫੀਡ ਪਾਉਂਦੇ ਜਾਣੀ ਆਪਣੇ ਆਪ ਬਾਹਰੋਂ ਬਈ ਇਹਨਾਂ ਨੂੰ ਅਸੀਂ ਫੀਡ ਵੀ ਪਾਉਣੇ ਇੱਕ ਟਾਈਮ ਫੀਡ ਜ਼ਰੂਰੀ ਹੈ ਬਈ ਇਹਨਾਂ ਦੇ ਨਿਊਟ੍ਰੀਐਂਟ ਨਹੀਂ ਪੂਰੇ ਹੁੰਦੇ ਜੇ ਤੁਸੀਂ ਕਹਾਂਗੇ ਆਪਾਂ ਕਹਾਂਗੇ ਵੀ ਜੇ ਆਪਾਂ ਫ੍ਰੀ ਰੇਂਜ ਕਰ ਦਾਂਗੇ ਇਹਨਾਂ ਨੂੰ ਪੂਰਾ ਹੀ ਪੂਰਾ ਫ੍ਰੀ ਰੇਂਜ ਹੋ ਗਿਆ ਨਿਊਟ੍ਰੀਐਂਟ ਨਹੀਂ ਪੂਰੇ ਹੁੰਦੇ ਗਰੋਥ ਨਹੀਂ ਕਰਦੀ ਬਈ ਸਾਡੇ ਤੋਂ ਬਹੁਤ ਲੋਕ ਪੰਜ ਪੰਜ 10 10 ਲੈ ਜਾਂਦੇ ਆ ਉਹ ਜਦੋਂ ਸਾਡੇ ਕੋਲੇ ਆਉਂਦੇ ਸਾਨੂੰ ਕਹਿੰਦੇ ਯਾਰ ਥੋਡੀਆਂ ਬਦਕਾਂ ਦੀ ਇੰਨੀ ਗ੍ਰੋਥ ਕਿਵੇਂ ਆ? ਉਹ ਆਈਆਂ ਜੇ ਆਪਾਂ ਫ੍ਰੀ ਰੇਂਜ ਕਰਦੇ ਆਂ ਫ੍ਰੀ ਰੇਂਜ ਕਰਨ ਦੇ ਨਾਲ ਨਾਲ ਤੁਹਾਨੂੰ ਬਹੁਤ ਚੀਜ਼ਾਂ ਧਿਆਨ ਰੱਖਣਾ ਪੈਂਦਾ ਤੁਸੀਂ ਇੱਕ ਟਾਈਮ ਹੀ ਉਹਨੂੰ ਜ਼ਰੂਰ ਫੀਡ ਦਿਓ ਹੁਣ ਅਸੀਂ ਬਾਹਰ ਛੱਡਦੇ ਆਂ ਇਹਨਾਂ ਨੂੰ ਬਾਹਰ ਛੱਡਦੇ ਆਂ ਉਸ ਤੋਂ ਬਾਅਦ ਸਾਡੇ ਕੋਲ ਇੱਥੇ ਥੋੜੀ ਥਾਂ ਤੇ ਜਾਂ ਕੋਈ ਛੁਗਿਆ ਹੋਇਆ ਹੈ ਉੱਥੇ ਖਾ ਖੂ ਲੈਂਦੀਆਂ ਬਾਕੀ ਪਰ ਇਹਨਾਂ ਨੂੰ ਸ਼ਾਮ ਨੂੰ ਇੱਕ ਟਾਈਮ ਫੀਡ ਜ਼ਰੂਰ ਦਿੰਨੇ ਕਿਦਾਂ ਕੋਈ ਨਵਾਂ ਫਾਰਮਿੰਗ ਆਣਾ ਖੋਲਣਾ ਚਾਹੁੰਦਾ ਵਾ ਤੇ ਉਹਨਾਂ ਲਈ ਤੁਹਾਡਾ ਕੀ ਸੁਝਾਅ ਆ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਰੱਖਣਾ ਵੀ ਇਹ ਸਾਰੇ ਜਾਨਵਰ ਰੱਖਣਾ ਚਾਹੁੰਦਾ ਜਾਂ ਵੀ ਇਕੱਲੇ ਪਹਿਲਾਂ ਮੁਰਗੇ ਰੱਖਣ ਜਾਂ ਬਟੇਰੇ ਰੱਖਣ ਇਕੱਲੇ ਬਾਈ ਜੀ ਜੇ ਤੁਸੀਂ ਸਾਰੇ ਜਾਨਵਰ ਸਾਡੇ ਕੋਲ ਬਟੇਰ ਘੜਕਣਾ ਖਰਗੋਸ਼ ਚਕੌਰ ਸਾਡੇ ਕੋਲ 4-5 ਤਰ੍ਹਾਂ ਦੇ ਜਾਨਵਰ ਹੁੰਦੇ ਆ ਜੇ ਤੁਸੀਂ ਸਾਰੇ ਜਾਨਵਰ ਇਕੱਠੇ ਰੱਖ ਰਹੇ ਹੋ ਨਾ ਇਹਨਾਂ ਦਾ ਦੇਖਭਾਲ ਬਹੁਤ ਜ਼ਰੂਰੀ ਹੋ ਜਾਂਦੀ ਹੈ ਇਹ ਇੱਕ ਦੂਸਰੇ ਤੋਂ ਬਿਮਾਰੀਆਂ ਟਰਾਂਸਮਿਟ ਕਰ ਦਿੰਦੇ ਜਿੱਦਾਂ ਹੁਣ ਬੱਤਕ ਆ ਇਹ ਪੌਂਡ ਤੇ ਗਈ ਉੱਥੋਂ ਇਹਨੇ ਕੋਈ ਮੰਨ ਲਓ ਬਾਹਰਲਾ ਵਾਇਰਸ ਆਇਆ ਕੋਈ ਬਾਹਰੋਂ ਬर्ड ਉੱਡਦਾ ਆ ਗਿਆ ਉੱਥੋਂ ਇਹਨੇ ਕੈਰੀ ਕਰ ਲੈਣਾ ਕੈਰੀਅਰ ਬਣ ਜਾਣੇ ਨੇ ਸ਼ੈੱਡ 'ਚ ਆ ਜਾਣਾ ਸ਼ੈੱਡ ਤੋਂ ਫਿਰ ਇਹ ਦੂਸਰਿਆਂ ਨੂੰ ਬਿਮਾਰੀ ਫੈਲਾ ਸਕਦੀ ਹੈ ਜੇ ਤੁਸੀਂ ਬਾਲੇ ਜਾਨਵਰ ਇਕੱਠੇ ਰੱਖ ਰਹੇ ਹੋ ਤੁਹਾਨੂੰ ਉਹਨਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਤੁਸੀਂ ਬਾਕੀ ਜੇ ਤੁਸੀਂ ਧਿਆਨ ਰੱਖ ਸਕਦੇ ਹੋ ਤੇ ਤੁਸੀਂ ਜ਼ਰੂਰ ਜਿੰਨੇ ਮਰਜ਼ੀ ਜਾਨਵਰ ਇਕੱਠੇ ਰੱਖ ਸਕਦੇ ਹੋ ਹਾਂ ਗੱਲ ਆਈ ਬਡੇਰ ਫਾਰਮ ਦੀ ਬਡੇਰ ਫਾਰਮ ਦਾ ਬਈ ਆਏ ਆ ਤੁਸੀਂ ਰੱਖੋ ਜੇ ਤੁਸੀਂ ਕੰਮ ਸ਼ੁਰੂ ਕਰਨਾ ਚਾਹੋ ਨੀ ਕੰਮ ਸ਼ੁਰੂ ਕਰੋ ਪਰ ਇਹ ਚ ਬਈ ਆਏ ਪਹਿਲਾਂ ਆਪਦੀ ਮਾਰਕੀਟ ਦੇਖੋ ਹੋ ਨਾ ਸਕੇ ਤੁਸੀਂ ਆਪਦੀ ਸਾਰੀ ਕੈਪੀਟਲ ਇਨਵੈਸਟਮੈਂਟ ਇਹ ਚ ਪਾ ਦਿਓ ਕਿਉਂਕਿ ਅਸੀਂ ਵੀ ਇਹਨੂੰ ਸਾਈਡ ਬਿਜ਼ਨਸ ਦੇ ਤੌਰ ਤੇ ਸ਼ੁਰੂ ਕੀਤਾ ਸੀ ਕੋਈ ਆਏ ਨੀ ਸੋਚਿਆ ਇਹ ਤੋਂ ਮੇਜਰ ਇਨਕਮ ਲਿਆ ਕਰਾਂਗੇ ਕੁਛ ਲਿਆ ਕਰਾਂਗੇ ਤੁਸੀਂ ਇਹ ਚ ਮੇਜਰ ਕੈਪੀਟਲ ਨਾ ਪਾ ਦਿਓ ਫਿਰ ਹੌਲੀ ਹੌਲੀ ਜਿੱਦਾਂ ਇਹਨੂੰ ਆਏ ਚਾਓ ਮਾਰਕੀਟਿੰਗ ਕਰਕੇ ਵੇਖੋ ਫਿਰ ਸ਼ੁਰੂ ਕਰੋ ਬਈ ਬਈ ਜਿੱਦਾਂ ਦੇਖ ਰਹੇ ਆ ਤੁਸੀਂ ਸ਼ੈੱਡ ਪਾਇਆ ਹੋਇਆ ਹੈ ਨਾ ਇਹ ਇੱਕ ਸ਼ੈੱਡ ਤੁਸੀਂ ਖੁਦ ਪਾਇਆ ਜਾਂ ਕਿਸੇ ਮਿਸਤਰੀ ਰੈ ਲਈ ਆ ਹਾਂਜੀ ਬਾਈ ਜੀ ਇਹ ਸ਼ੈੱਡ ਦਾ ਬਈ ਮਿਸਤਰੀ ਨੇ ਤਿਆਰ ਕੀਤਾ ਡਿਜ਼ਾਈਨ ਸਾਡਾ ਬਈ ਖੁੱਦ ਦਾ ਅਸੀਂ ਬੈਠੇ ਆਨੇ ਬਈ ਸਾਡੀ ਸਾਰੀ ਟੀਮ ਨੇ ਮੈਂ ਤੁਹਾਨੂੰ ਆਪਣੀ ਟੀਮ ਨਾਲ ਮਲਾਉਣਾ ਸਾਡੀ ਸਾਰੀ ਟੀਮ ਨੇ ਡਿਜ਼ਾਈਨ ਕੀਤਾ ਤੇ ਅਸੀਂ ਬੈਠੇ ਆਨੇ ਬਈ ਰੈ ਬਣਾਈ ਇੰਨੇ ਫੁੱਟ ਕਰਨਾ ਇੰਨੇ ਫੁੱਟ ਕਰਨਾ ਕੁਝ ਇਹ ਚ ਟੈਕਨੀਕਲ ਹੁੰਦੇ ਜੋ ਤੁਸੀਂ ਫਾਰਮ ਬਣਾਉਣੇ ਉਹ ਟੈਕਨੀਕਲੀਆਂ ਚੀਜ਼ਾਂ ਫਿਰ ਟੈਕਨੀਕਲ ਮਾਰਾ ਨਾ ਬਈ ਰਹਿ ਕੀਤੀ ਫਿਰ ਬਣਾਇਆ ਇਹ ਇਹ ਬਈ ਅਗਸਤ ਮਹੀਨੇ ਚ ਅਸੀਂ ਤਿਆਰ ਕੀਤਾ ਇੱਕ ਭਰਾ ਸਾਡਾ ਬਾਹਰ ਜਲਿਆ ਗਿਆ ਤੇ ਬਈ ਇਹ ਜਾਲੀਆਂ ਵੀ ਮਿਸਤਰੀ ਨਹੀਂ ਮਾਰ ਕੇ ਦਿੰਦਾ ਕਿਉਂਕਿ ਲੋਕਲ ਬਈ ਇਹ ਕੰਮ ਨਹੀਂ ਕਰਦੇ ਮਿਸਤਰੀ ਅਸੀਂ ਇਹ ਜਾਲੀਆਂ ਜੂਲੀਆਂ ਸਾਰਾ ਕੁਝ ਬਈ ਆਪ ਸਾਡੇ ਸਾਰੇ ਬੰਦੇ ਨੇ ਨਾਲ ਲਾ ਕੇ ਕੰਮ ਕੀਤਾ ਸਾਡੇ ਪਲੰਬਿੰਗ ਦਾ ਕੰਮ ਬਈ ਸਾਡਾ ਜਿੰਨਾ ਵੀ ਸਾਰਾ ਸਿਸਟਮ ਹੋਇਆ ਉਹ ਸਾਡੀ ਟੀਮ ਨੇ ਸਾਡੇ ਬੰਦਿਆਂ ਨੇ ਕੀਤਾ ਇਲੈਕਟ੍ਰੋਨਿਕਸ ਦਾ ਬਈ ਜਿੰਨੇ ਵੀ ਸਾਡੇ ਸਾਰੇ ਸਪੈਲੀ ਦੀ ਸਪਲਾਈ ਐ ਫਿਟਿੰਗ ਐ ਉਹ ਸਾਡਾ ਬਈ ਸਾਰਾ ਖੁਦ ਕੰਮ ਅਸੀਂ ਆਪ ਕੀਤਾ ਆਪ ਕੋਲੇ ਖੜ ਕੇ ਆਪ ਦਿਨ ਰਾਤ ਸਾਰਿਆਂ ਲਾ ਕੇ ਕੀਤਾ ਬਈ ਬ ਉਦੋਂ ਫਿਰ ਆ ਦੇਖਿਆ ਆਪਾਂ ਟੋਆ ਭਰਤ ਕੇ ਪਾਣੀ ਛੱਡਿਆ ਹੋਇਆ ਇਹ ਕੱਲਾ ਡਾਕ ਵਾਸਤੇ ਆ ਜਾਂ ਇਹ ਤੋਂ ਹੋਰ ਵੀ ਲਾਭ ਲੈ ਰਹੇ ਤੁਸੀਂ ਬਈ ਇਹ ਚ ਡਾਕ ਵਾਸਤੇ ਵੀ ਇਹ ਚ ਬਈ ਫਿਸ਼ ਵੀ ਹੈਗੀ ਆ ਇਹ ਬਈ ਵੈਸੇ ਦਾ ਟ੍ਰੇਲ ਬੇਸਿਸ ਤੇ ਆ ਕੋਈ ਆਏ ਆਪਾਂ ਇਹ ਕਹਿ ਨਹੀਂ ਸਕਦੇ ਬਹੁਤ ਵੱਡੇ ਲੈਵਲ ਤੇ ਅਸੀਂ ਕਰ ਰਹੇ ਹੈਗਾ ਤਾਂ ਟ੍ਰੇਲ ਬੇਸਿਸ ਤੇ ਆ ਖਾਣਕਜੋਗੀਆਂ ਬਈ 4-500 ਪੀਸ ਇਹ ਚ ਇਜ਼ੀਲੀ ਰੇਜ਼ ਹੋ ਜਾਂਦਾ ਇਹ ਟ੍ਰੇਲ ਤਾਂ ਕਰ ਰਹੇ ਆ ਬਈ ਦੇਖ ਰਹੇ ਆ ਕੀ ਸਿਸਟਮ ਹੈ ਇਹਦਾ ਵੀ ਅੱਗੇ ਤੋਂ ਇਹਨੂੰ ਵੱਡੇ ਲੈਵਲ ਤੇ ਕਰਾਂਗੇ ਜਾਂ ਕਿਦਾਂ ਹੁਣ ਬਈ ਇਹ ਚੈੱਕ ਅਸੀਂ ਅੱਜ ਜਿੱਦਾਂ ਬਤਕਾਂ ਛੱਡੀਆਂ ਹੋਈਆਂ ਆਹ 에ਅਰ ਬਲੂਅਰ ਲਾਏ ਸੀਗੇ ਤੇ ਇਥੋਂ ਬਈ ਰਾਤ ਨੂੰ ਬੜਾ ਸੋਹਣਾ ਬਣ ਜਾਂਦਾ ਇੱਥੇ ਸਾਰਾ ਲਾਈਟਿੰਗ ਕੀਤੀ ਹੋਈ ਆ ਵੀ ਬੈਠੋਂ ਨੂੰ ਵੀ ਸੋਹਣਾ ਲੱਗਦਾ ਤੇ ਆਪਦੇ ਖਾਨ ਨੂੰ ਇੱਕ ਬਈ ਇੱਕ ਐ ਟ੍ਰੇਲ ਬੇਸਿਸ ਤੇ ਫਿਸ਼ ਫਾਰਮਿੰਗ ਵੀ ਕਰ ਰਹੇ ਆ ਉਹਦੇ ਨਾਲ ਬਤਕ ਦੇ ਨਾਲ ਨਾਲ ਜਾਣੀ ਆਪਾਂ ਦੇਖੀਏ ਜੇ ਬੰਦਾ ਸਹੀ ਕਮਾਈ ਵਾਲਾ ਹੋਵੇ ਤਾਂ ਥੋੜੀ ਥੋੜੀ ਜਗ੍ਹਾ ਤੋਂ ਵੀ ਕਮਾਈ ਕਰ ਸਕਦਾ ਹਾਂਜੀ ਬਈ ਇਜ਼ੀਲੀ ਇਹ 7-8 ਮਹੀਨਿਆਂ ਦੀ ਫਸਲ ਹੁੰਦੀ ਆ ਇਜ਼ਲੀ ਬੰਦਾ ਇਹ ਚੋਂ ਪੈਸੇ ਬਣਾ ਸਕਦਾ ਹਾਂਜੀ ਥੋੜੇ ਮੰਨ ਕੇ ਪਰ ਜਗਾ ਵੀ ਥੋੜੀ ਆ ਨਾ ਇਹਨੇ ਕੰਮ ਆ ਰਹੀ ਜਾਂ ਨਹੀਂ ਕੰਮ ਆ ਰਹੀ ਹਾਂਜੀ ਵੇਸ ਨਹੀਂ ਜਾ ਰਹੀ ਕੰਮ ਆ ਰਹੀ ਹਾਂਜੀ ਨੂੰ ਇਹ ਦੱਸੋ ਵੀ ਹਾਂ ਲੋ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਨਾ ਸਾਰਿਆਂ ਦੇ ਪੰਜਾਬੀ ਦੇ ਵਿੱਚ ਨਾਲ ਵਧੀਆ ਵਧੀਆ ਦੇਸੀ ਨਾਂ ਰੱਖੇ ਹੁੰਦੇ ਆ ਤੁਸੀਂ ਇੰਗਲਿਸ਼ ਦੇ ਵਿੱਚ ਵਿਲੇਜ ਇੰਟੀਗ੍ਰੇਟਿਡ ਫਾਰਮ ਕਾ ਦੋ ਨਾਂ ਰੱਖਿਆ ਬਈ ਵਿਲੇਜ ਦਾ ਨਾਮ ਤਾਂ ਪਿੰਡ ਤੋਂ ਪਿੰਡ ਤੋਂ ਕਨਸੈਪਟ ਸੀ ਆਪਣਾ ਫਾਰਮ ਪਿੰਡ ਦਾ ਪਿੰਡ ਦੇ ਰਹਿਣ ਵਾਲੇ ਆ ਅਸੀਂ ਇੰਟੀਗ੍ਰੇਟਿਡ ਦਾ ਬਈ ਸਿਸਟਮ ਆਇਆ ਹੁੰਦਾ ਕਿਸੇ ਚੀਜ਼ ਦਾ ਇਨਪੁਟ ਦੂਸਰੀ ਚੀਜ਼ ਦੇ ਆਊਟਪੁਟ ਸੌਰੀ ਕਿਸੇ ਚ ਤੌਰ ਤੇ ਲਿਆ ਜਾਵੇ ਜਿੱਦਾਂ ਫੋਰ ਐਗਜ਼ਾਮਪਲ ਸਾਡੀ ਇਹ ਫਿਸ਼ ਫਾਰਮਿੰਗ ਆ ਜਿੱਦਾਂ ਇਹ ਜਿਹੜਾ ਡੱਕ ਜਾਂ ਮਤਕਾਂ ਦਾ ਵੇਸਟੇਜ ਆ ਇਹ ਫਿਸ਼ ਦੀ ਫੀਡ ਦੇ ਤੌਰ ਤੇ ਕੰਮ ਆਉਂਦਾ ਦੂਸਰੀ ਬਈ ਇੱਕ ਵੈਸੇ ਹਾਸੇ ਵਾਲੀ ਗੱਲ ਵੀ ਇਹ ਕਨਸੈਪਟ ਨਾਲ ਜ਼ਿਆਦਾ ਨਹੀਂ ਰਲਦੀ ਵੀ ਜਿੰਨੀ ਵੀ ਬਈ ਬਟੇਰੀਆਂ ਦੀ ਜਾਂ ਖਾਦ ਹੁੰਦੀ ਅਸੀਂ ਕਣਕ ਨੂੰ ਪਾ ਲੈਂਦੇ ਆ ਬਈ ਤੇ ਅਸੀਂ 2000 ਬੈਲੀ ਜਿਹੜੇ ਪੱਠੇ ਵੀ ਦੇ ਪੱਠਿਆਂ ਨੂੰ ਵੀ ਇਹੀ ਸੈਟਦੇ ਆ ਵੀ ਪੱਠਿਆਂ ਦੀ ਵੀ ਵਧੀਆ ਸਿਸਟਮ ਵਧੀਆ ਰੇ ਘਟ ਰੇ ਘਟ ਪਾਈਦੀ ਹੋਈ ਉਦੋਂ ਦੀ ਆ ਵੀ ਆਪਣੇ ਇੱਕ ਪੋਸਟਰ ਲੱਗਾ 20000 ਵੈਕਸੀਨੇਟਡ ਇਹਦਾ ਮਤਲਬ ਕੀ ਇਹ ਕਿਉਂ ਲਾਇਆ ਹੋਇਆ ਤੁਸੀਂ ਬਈ ਇਹ ਇੱਕ ਕੋਵਿਡ ਦੀ ਆਪਣੀ ਵੈਕਸੀਨ ਆ ਉਹਦੇ ਵਾਸਤੇ ਲਾਇਆ ਹੋਇਆ ਬਈ ਸਾਡੇ ਕੋਲ ਬਹੁਤ ਕਸਟਮਰ ਜਿਹੜੇ ਸ਼ਹਿਰਾਂ ਦੇ ਨੇ ਜਾਂ ਜਿਹੜੇ ਆਊਟ ਆਫ ਸਟੇਟ ਆਉਂਦੇ ਆ ਕੀ ਦੋਮ ਆਪਣੀ ਆਊਟ ਆਫ ਸਟੇਟ ਦੀਆਂ ਜਿੱਦਾਂ ਆਪਣਾ ਬੰਦ ਹੋ ਗਿਆ ਸੀ ਸਿਸਟਮ ਜਾਂ ਜਿਹੜੇ ਬੰਦੇ ਡੋਜ਼ਾਂ ਲੱਗੀਆਂ ਜਿਵੇਂ ਉਦੋਂ ਸ਼ੁਰੂ ਹੋਇਆ ਉਹਦੇ ਨਾਲ ਫਿਰ ਬਈ ਜਦੋਂ ਕੋਈ ਬੰਦਾ ਬਾਹਰੋਂ ਆਉਂਦਾ ਝਿਜਕਦਾ ਥੋੜਾ ਆ ਫਿਰ ਉਹ ਅਗਲੇ ਆਸਤੇ ਵੀ ਅਗਲੇ ਨੂੰ ਚੰਗਾ ਲੱਗੇ ਇੱਥੇ ਬਈ ਸਾਡੀ ਸਾਰੀ ਟੀਮ ਇੱਥੇ ਫੁਲੀ ਵੈਕਸੀਨੇਟਡ ਆ ਤੇ ਉਹਦੇ ਕਰਕੇ ਬਈ ਇਹ ਲਗਾਇਆ ਹੋਇਆ ਵੀ ਅਗਲੇ ਨੂੰ ਸੇਫ ਫੀਲ ਹੋਵੇ ਇੱਕ ਵੀਰੇ ਉਹ ਦੇ ਕੰਧਾਂ ਤੇ ਨਾ ਬਹੁਤ ਸੋਹਣਾ ਆਰਟ ਕੀਤਾ ਹੋਇਆ ਹੈ ਨਾ ਤੇ ਉਹ ਕਿਹਨੇ ਕਿਹਨੇ ਬਣਾਇਆ ਵੀਰੇ ਬੜਾ ਸੋਹਣਾ ਆਟਾ ਉਹ ਇਹ ਵੀ ਬਈ ਇੱਕ ਵੀ ਆਏ ਆ ਇੱਥੇ ਹੁਣ ਬਈ ਰਹਿਨੇ ਕਰਦੇ ਸ਼ਾਮ ਨੂੰ ਆਈਦਾ ਬੈਠੀ ਕਰੀਦਾ ਵੀ ਜਿੱਥੇ ਤੁਸੀਂ ਜਗਾ ਤੇ ਰਹਿ ਰਹੇ ਹੋ ਸੋਹਣਾ ਲੱਗੇ ਬਈ ਇਹ ਸੋਹਣੇ ਲੱਗਣ ਵਾਸਤੇ ਬਈ ਇਹ ਆਰਟ ਕੀਤਾ ਹੋਇਆ ਆਪਣਾ ਪਿੰਡੋਈ ਮੁੰਡਾ ਬੀਲੀ ਆ ਉਹਨੇ ਬਈ ਕੀਤਾ ਉਹਨੇ ਆਪਦਾ ਇਹ ਸਜੋਗ ਉਹਨੇ ਪਾਇਆ ਉਹਨੇ ਬਈ ਜੀ ਨੂੰ ਕਹਿੰਦੇ ਨੇ ਡਿਜ਼ਾਈਨ ਕੀਤਾ ਵਿੱਚੋਂ ਚੀਜ਼ਾਂ ਅਸੀਂ ਉਹਨੂੰ ਦੇ ਦਿੰਦੇ ਸੀ ਉਹ ਬਣਾ ਦਿੰਦਾ ਸੀਗਾ ਐਂਡ ਤੇ ਬਈ ਪਿਆ ਆਉਦੇ ਯਾਰਾਂ ਮਿੱਤਰਾਂ ਦਾ ਸਾਡੀ ਟੀਮ ਦਾ ਵਿੱਚ ਕੁਸ਼ ਕੁ ਸਾਡੇ ਦੋ ਕੁ ਬੰਦੇ ਗੈਰ ਹਾਜ਼ਰ ਆ ਕੁਸ਼ ਬੰਦਾ ਇੱਕ ਸਾਡਾ ਬੰਦਾ ਬਾਹਰ ਚ ਲੈ ਗਿਆ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦੇ ਨਾਲ ਹੀ ਆ ਬਈ ਉਹਨਾਂ ਨੇ ਆਪਦਾ ਕੰਮ ਸਮਝ ਕੇ ਕੰਮ ਸਾਡਾ ਸ਼ੁਰੂ ਕਰਾਇਆ ਤੇ ਹੁਣ ਆਪਦਾ ਕੰਮ ਸਮਝ ਕੇ ਨਾਲ ਚਲਾ ਰਹੇ ਨੇ ਸਾਰਿਆਂ ਦਾ ਮੇਰੇ ਯਾਰਾਂ ਦੋਸਤਾਂ ਦਾ ਮੇਰੇ ਸਰਕਲ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਸਭ ਦਾ ਬਹੁਤ-ਬਹੁਤ ਧੰਨਵਾਦ ਹੈ ਜਿੱਦਾਂ ਵੀਰ ਕੋਈ ਨਵਾਂ ਫਾਰਮ ਖੋਲਣਾ ਚਾਹੁੰਦਾ ਜਾਂ ਸ਼ੌਕੀਆ ਤੌਰ ਤੇ ਜਾਨਵਰ ਘਰੇ ਰੱਖਣਾ ਚਾਹੁੰਦਾ ਤਾਂ ਤੁਹਾਡੇ ਕੋਲੋਂ ਲੈਣਾ ਚਾਹੁੰਦਾ ਤਾਂ ਤੁਹਾਨੂੰ ਕਿੱਦਾਂ ਕਨੈਕਟ ਕਰਨ ਆਪਣਾ ਡਰੈੱਸ ਦਿਓ ਤੇ ਆਪਣਾ ਕਨੈਕਟ ਨੰਬਰ ਦਿਓ ਬਈ ਸਾਡਾ ਪਿੰਡ ਨੱਥੂ ਵਾਲਾ ਗਰਬੀ ਆ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੁੱਦਕੀ ਤੇ ਬਾਗੇਪੁਰਾਣੇ ਰੋਡ ਦੇ ਉੱਪਰ ਆ ਤੇ ਸਾਡਾ ਇੰਸਟਾਗ੍ਰam ਤੁਸੀਂ ਲੈ ਸਕਦੇ ਹੋ ਇੰਸਟਾਗ੍ਰam ਵਿਲੇਜ _integrated_form ਦੇ ਨਾਮ ਦੇ ਸਾਡਾ Instagram ਦਾ ਪੇਜ ਆ ਮੋਬਾਈਲ ਨੰਬਰ 98844822 ਸਾਡਾ ਮੋਬਾਈਲ ਨੰਬਰ ਆ ਕਿਸੇ ਵੀ ਵੇਰੇ ਮਰਜ਼ੀ ਤੁਸੀਂ ਫੋਨ ਕਰੋ ਤੇ ਤੁਸੀਂ ਇੱਥੇ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਸਾਨੂੰ ਤੇ ਦਰਸ਼ਕਾਂ ਨੂੰ ਇੰਨੀ ਜਾਣਕਾਰੀ ਦਿੱਤੀ ਆ ਦਾ ਵੀ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ